ਜਦੋਂ ਗਾਣਾ ਗਾਉਂਦਾ ਉਦੋਂ ਵੀ ਮੁਹੱਬਤ ਮਿਲਦੀ ਹੈ। ਪੋਲੀਟਿਕਸ ਵਿੱਚ ਤਾਂ ਸਵਾ ਨਫ਼ਰਤ ਤੋਂ ਸਵਾ ਕ੍ਰਿਟੀਸਿਜ਼ਮ ਤੋਂ ਕੱਖ ਨਹੀਂ ਮੈਨੂੰ ਹਾਸਲ ਹੋਇਆ। ਉਹ ਕ੍ਰਿਟੀਸਿਜ਼ਮ ਸਹਿ ਕੇ ਉਹ ਸਾਰਾ ਕੁਝ ਕਰਕੇ ਵੀ ਪੋਜ਼ਿਟਿਵ ਰਹਿਣਾ ਕਿਵੇਂ ਕਿਵੇਂ ਪੋਸੀਬਲ ਹੋ ਪਾਇਆ, ਕਿਉਂਕਿ ਪਿਛਲਾ ਟਾਈਮ ਬਹੁਤ ਔਖਾ ਲੰਘਿਆ ਹੈ ਆਪਾਂ ਦੇ। ਨੇਚਰ ਹੈ, ਨੇਚਰ ਬਦਲ ਨਹੀਂ ਸਕਦੀ। ਜੱਸੀ ਭੱਜ ਨੇ ਕਿਹਾ ਸੀ, ਕਹਿੰਦੇ ਕਿ ਨਾ ਅਸੀਂ ਤੁਹਾਡੀ ਇੰਨੀ ਇੱਜ਼ਤ ਕਰਦੇ ਹਾਂ, ਲਾਈਕ ਫਿਰ ਕਿਤੇ ਗੱਲ ਕਰਾਂਗੇ। ਅਤੇ ਅਸੀਂ ਸੁਣਿਆ ਕਿ ਤੁਸੀਂ ਕਰਮਜੀਤ ਜੀ ਦੇ ਨਾਲ ਵੀ ਹੁਣ ਕਹਿੰਦੇ ਨਾ ਕਿ ਉਹਨਾਂ ਨਾਲ ਵੀ ਪ੍ਰੋਜੈਕਟ ਕਰਨ ਜਾ ਰਹੇ ਹੋ, ਉਹ ਕੀ ਪਲਾਨ ਕਰ ਰਹੇ ਹੋ? ਸਰਪੰਚੀ ਦੇ ਇਲੈਕਸ਼ਨ ਤੋਂ ਬਾਅਦ ਪਿੰਡਾਂ 'ਚ ਦੁਸ਼ਮਣੀਆਂ ਪਾ ਲੈਂਦੇ, ਲੀਡਰ ਵੀ ਆਪਸ ਵਿੱਚ ਕਰਦੇ ਰਹਿੰਦੇ ਆ, ਲੇਕਿਨ ਸਾਡਾ ਇਲੈਕਸ਼ਨ ਦੇ ਦੌਰਾਨ ਵੀ ਬੜਾ ਪਿਆਰ ਰਿਹਾ। ਅਸੀਂ ਆਪੋ ਆਪਣੀ ਪਾਰਟੀ ਲਈ ਵਫ਼ਾਦਾਰ ਹੁੰਦੇ ਹਾਂ। ਤੁਹਾਨੂੰ ਲੱਗਦਾ ਕਿ ਹੰਸਰਾਜ ਜੀ ਨੇ ਹੁਣ ਪੋਲੀਟਿਕਸ ਤੋਂ ਤੌਬਾ ਕਰ ਲਈ ਹੈ? ਡੈਡੀਕੇਟਡ ਬਹੁਤ ਹੈ, ਬਾਕੀ ਸੰਗੀਤ ਦਾ ਤਾਂ ਫਿਰ ਪਹਿਲਾ ਇਸ਼ਕ ਤਾਂ ਮੇਰਾ ਸੰਗੀਤ ਹੀ ਹੈ। ਮੇਰੀ ਆਖਰੀ ਮੁਲਾਕਾਤ ਜਦ ਹੰਸਰਾਜ ਹੰਸੀ ਦੇ ਨਾਲ ਹੋਈ ਸੀ, ਉਸ ਵੇਲੇ ਉਹਨਾਂ ਨੇ ਕਿਹਾ ਸੀ ਕਿ ਹੁਣ ਨਾ ਸੰਗੀਤ ਦੀ ਸੇਵਾ ਕਰਨ ਦਾ ਬਹੁਤ ਸਮਾਂ ਆ ਗਿਆ, ਲੇਕਿਨ ਉਸ ਤੋਂ ਬਾਅਦ ਇਲੈਕਸ਼ਨ 'ਚ ਉਲਝ ਗਏ, ਲੇਕਿਨ ਹੁਣ ਉਹ ਵਾਪਸ ਸਾਨੂੰ ਟੱਕ ਰਹੇ ਨੇ ਅਤੇ ਹੁਣ ਜਾਣਦੇ ਹਾਂ ਕਿ ਆਖਿਰਕਾਰ ਸੰਗੀਤ ਦੀ ਸੇਵਾ ਕਰਨ ਦਾ ਮੁੜ ਸਮਾਂ ਆ ਗਿਆ ਹੈ। ਸਤਿ ਸ਼੍ਰੀ ਅਕਾਲ ਸਰ, ਵੈਲਕਮ ਟੂ। ਬੜੀ ਮਿਹਰਬਾਨੀ ਜੀ, ਹੋਰ ਨਾਈਸ ਟੂ ਸੀ ਯੂ ਅਗੇਨ। ਅਤੇ ਮੈਂ ਕਿਹਾ ਮੈਨੂੰ ਹਜੇ ਵੀ ਯਾਦ ਆ ਜਦ ਆਪਾਂ ਨਾ ਉਸ ਟ੍ਰੇਲਰ ਲਾਂਚ 'ਤੇ ਮਿਲੇ ਸੀ, ਉਸ ਤੋਂ ਬਾਅਦ ਇਲੈਕਸ਼ਨ ਦੇ ਤੁਹਾਡੀਆਂ ਮੁਲਾਕਾਤਾਂ ਹੋਈਆਂ ਨੇ, ਉਸ ਵੇਲੇ ਤੁਸੀਂ ਮੈਨੂੰ ਕਿਹਾ ਸੀ ਕਿ ਨਾ ਸੰਗੀਤ ਦੀ ਸੇਵਾ ਦਾ ਹੁਣ ਸਮਾਂ ਆ ਗਿਆ ਅਤੇ ਮੈਨੂੰ ਲੱਗਦਾ ਹੁਣ ਹੋਰ ਸੇਵਾ ਕਰਨੀ ਚਾਹੀਦੀ ਹੈ, ਅਤੇ ਲੱਗਦਾ ਕਿ ਹੁਣ ਉਹ ਉਸ ਰਾਹ 'ਤੇ ਤੁਰਨ ਵਾਲੇ? ਉਹਦੀ ਉਹ ਰਸਤਾ ਛੱਡਿਆ ਹੀ ਨਹੀਂ, ਮੈਂ ਗਾਣੇ ਲਈ ਪੈਦਾ ਹੋਏ, ਗਾਣਾ ਗੁਣਾ ਗਾਉਂਦੇ ਰਹੀਦਾ, ਔਰ ਜਦੋਂ ਗਾਣਾ ਗਾਉਂਦਾ ਉਦੋਂ ਵੀ ਮੁਹੱਬਤ ਮਿਲਦੀ ਹੈ। ਪੋਲੀਟਿਕਸ ਵਿੱਚ ਤਾਂ ਸਵਾ ਨਫ਼ਰਤ ਤੋਂ ਸਵਾ ਕ੍ਰਿਟੀਸਿਜ਼ਮ ਤੋਂ ਕੱਖ ਨਹੀਂ ਮੈਨੂੰ ਹਾਸਲ ਹੋਇਆ। ਬਟ ਇੱਕ ਕਲਾਕਾਰ ਨਾ ਉਹ ਕ੍ਰਿਟੀਸਿਜ਼ਮ ਸਹਿ ਕੇ ਉਹ ਸਾਰਾ ਕੁਝ ਕਰਕੇ ਵੀ ਪੋਜ਼ਿਟਿਵ ਰਹਿਣਾ ਕਿਵੇਂ ਕਿਵੇਂ ਪੋਸੀਬਲ ਹੋ ਪਾਇਆ, ਕਿਉਂਕਿ ਪਿਛਲਾ ਟਾਈਮ ਬਹੁਤ ਔਖਾ ਲੰਘਿਆ ਹੈ ਆਪਾਂ ਦੇਖੀ। ਨੇਚਰ ਹੈ ਨਾ, ਨੇਚਰ ਬਦਲ ਨਹੀਂ ਸਕਦੀ। ਮੈਂ ਇਲੈਕਸ਼ਨ ਜਦੋਂ ਫਾਈਟ ਕਰਦਾ ਲੱਗਦਾ ਇੱਦਾਂ ਹੀ ਜਿੱਦਾਂ ਕੋਈ ਵਿਦਿਆਰਥੀ ਜਗਿਆਸੂ ਸੀਕਰ ਬੋਲ ਰਿਹਾ ਸੂਫੀਜ਼ਮ ਦਾ। ਸੂਫੀਜ਼ਮ ਦਾ ਲਈ ਜਗ੍ਹਾ ਹੀ ਨਹੀਂ ਹੈ ਪੋਲੀਟਿਕਸ ਵਿੱਚ, ਲੇਕਿਨ ਮੈਂ ਆਪਣੀ ਨੇਚਰ ਕਿਵੇਂ ਬਦਲਾਂ? ਫਿਰ ਮੈਨੂੰ ਇਹੀ ਲੱਗਦਾ ਹੁੰਦਾ ਕਿ ਮੈਨੂੰ ਨਜ਼ਾਰੇ ਕੰਮ ਆਉਂਦਾ ਅਤੇ ਕਿਸੇ ਤਰ੍ਹਾਂ ਡਿਊਟੀ ਕਰ ਲਈਦੀ ਹੈ, ਪਰ ਮੈਂ ਕਰਦਾ ਪਰਫੈਕਟ ਹੈ। ਜਿੰਨੀ ਦੇਰ ਮੈਂ ਕੰਪੇਨ ਕਰਦਾ ਦਿਲੋਂ ਜਾਨ ਤੋਂ ਬਹੁਤ ਮਿਹਨਤ ਕਰਦਾ। ਕੁਝ ਇਸ ਕੈਂਪੇਨ ਤੋਂ ਬਾਅਦ ਜਿਹੜਾ ਤੁਹਾਡਾ ਪਹਿਰਾਵਾ ਵੀ ਅੱਜ ਬਦਲਿਆ ਬਦਲਿਆ ਲੱਗ ਰਿਹਾ ਹੈ ਨਾ, ਅਤੇ ਹੁਣ ਤੁਸੀਂ ਪੂਰੇ ਕਲਾਕਾਰੀ ਪੱਖ, ਕਿਉਂਕਿ ਅੱਜ ਜਿਹੜਾ ਜਿਹੜੇ ਪੋਸਟਰ ਰਿਲੀਜ਼ ਕੀਤਾ ਨਾ ਉਸ ਸ਼ਿੰਦਾ ਜੀ ਦੀ ਵੀ ਯਾਦ ਆ ਗਈ। ਮੈਨੂੰ ਹਜੇ ਵੀ ਯਾਦ ਆ ਸ਼ਿੰਦਾ ਜੀ ਦੇ ਜਾਣ ਤੋਂ ਪਹਿਲਾਂ ਨਾ ਉਹਨਾਂ ਦਾ ਆਖਰੀ ਇੰਟਰਵਿਊ ਮੇਰੇ ਨਾਲ ਸੀਗਾ, ਅਸੀਂ ਨਾ ਐਵੇਂ ਉਹਨਾਂ ਨੇ ਜਸਟ ਐਵੇਂ ਕੀਤਾ ਕਿ ਆ ਕੇ ਨਾ ਮਿਲ ਜਿਓ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ, ਉਸ ਟਾਈਮ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਚਲੇ ਜਾਣਗੇ, ਹੈ ਨਾ। ਤਾਂ ਜਦ ਅੱਜ ਇਹ ਗਾਣੇ ਦਾ ਪੋਸਟਰ ਯਾਦ ਕੀਤਾ ਮੈਨੂੰ ਲੱਗਾ ਕਿ ਕਿਤੇ ਨਾ ਪਤਾ ਨਹੀਂ ਹੁੰਦਾ ਤੁਹਾਨੂੰ, ਤੁਹਾਡੀ ਦਿਮਾਗ ਦੇ ਵਿੱਚ ਉਹਨਾਂ ਨਾਲ ਜੁੜੀ ਆਖਰੀ ਯਾਦ ਅਤੇ ਬਹੁਤ ਖਾਸ ਯਾਦ ਕੀ ਹੈ ਸਰ? ਬਹੁਤ ਯਾਦਾਂ ਨੇ ਜੀ, ਬੇ ਇੰਤਹਾ ਯਾਦਾਂ ਨੇ। ਇੱਕ ਵਾਰੀ ਕਹਿਣ ਲੱਗੇ ਕਿ ਯਾਰ ਮੇਰਾ ਦਿਲ ਕਰਦਾ ਕਿ ਤੁਸੀਂ ਮੇਰੇ ਮਿਊਜ਼ਿਕ 'ਚ ਗਾਓ, ਮੈਂ ਹੀ ਤਰਜ਼ ਬਣਾਵਾਂ, ਮੈਂ ਹੀ ਮਿਊਜ਼ਿਕ ਕਰਾਂ, ਮੇਰੀ ਪਸੰਦ ਦਾ ਗੀਤ ਹੋਵੇ। ਮੈਂ ਕਿਹਾ ਜੀ ਮੈਨੂੰ ਸਟੂਡੀਓ 'ਚ ਗਿਆ ਬੜੀ ਦੇਰ ਹੋ ਗਈ, ਆ ਦੂਸਰੇ ਜਬਖਾਨੇ ਜਿਹੇ 'ਚ ਫਸੇ ਰਹੇ ਨੇ ਸਿਆਸਤ ਵਾਲੇ, ਕਹਿੰਦੇ ਨਹੀਂ ਕਰਨਾ ਆ। ਮੈਂ ਫਿਰ ਉਹਨਾਂ ਦਾ ਹੁਕਮ ਮੰਨ ਕੇ ਏਅਰਪੋਰਟ ਉਹਦਾ ਟਾਈਟਲ ਸੀਗਾ ਉਹ ਗਾਣਾ ਕੀਤਾ, ਉੱਧਰ ਉੱਧਰ ਬੜੀ ਖੁਸ਼ੀ ਹੋਈ, ਆਡੀਓ ਕਰਦਿਆਂ ਬੜਾ ਇੰਜੋਏ ਕੀਤਾ, ਵੀਡੀਓ ਸ਼ੂਟਿੰਗ 'ਤੇ ਬੜਾ ਇੰਜੋਏ ਕੀਤਾ, ਰਿਲੀਜ਼ਿੰਗ 'ਤੇ ਬੜਾ। ਅੱਜ ਤਾਂ ਬਹੁਤ ਉਦਾਸ ਹੈ ਸਾਰੇ, ਉਹਦੇ ਦੋਸਤ ਵੀ ਅਸੀਂ ਵੀ। ਸਾਲ ਹੋ ਗਿਆ ਜੀ। ਸਰ ਉਸ ਟਾਈਮ ਇੱਕ ਟਾਈਮ ਸੀਗਾ ਜਦ ਨਾ ਤੁਸੀਂ ਦੋਨਾਂ ਇਕੱਠਿਆਂ ਨੇ ਮਿਲ ਕੇ ਵੀ, ਹੈ ਨਾ, ਮਿਊਜ਼ਿਕ ਦੇ ਖੇਤਰ ਨੂੰ ਇੰਨਾ ਕੁਛ ਦਿੱਤਾ ਆ, ਉਸ ਟਾਈਮ ਦੀ ਕੋਈ ਯਾਦ ਤੁਹਾਨੂੰ ਅੱਜ ਵੀ ਚੇਤੇ ਆਉਂਦੀ ਹੈ, ਕੋਈ ਕਿੱਸਾ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੋਵੇ ਕਿ ਤੁਹਾਨੂੰ ਲੱਗਦਾ ਹੋਵੇ ਕਿ ਅੱਜ ਵੀ ਉਹ ਟਾਈਮ ਤੁਹਾਨੂੰ ਉਸ ਟਾਈਮ ਦੇ ਵਿੱਚ ਲੈ ਜਾਂਦਾ ਆ?
ਹਾਂਜੀ, ਮੈਂ ਦੱਸਿਆ ਨਾ ਅਨੇਕਾਂ ਕਿੱਸੇ ਨੇ। ਅਕਸਰ ਅਸੀਂ ਇਕੱਠੇ ਹੁੰਦੇ ਰਹਿੰਦੇ ਸੀ। ਪਹਿਲਾਂ ਤਾਂ ਮੈਂ ਉਦੋਂ ਪੜ੍ਹਦਾ ਪੜ੍ਹਦਾ ਸੀ ਜਦੋਂ ਉਹਨਾਂ ਦਾ ਨਾਂ ਹੋ ਗਿਆ ਸੀ, ਦੂਰੋਂ ਦੇਖਦੇ ਹੁੰਦੇ ਸੀ। ਫਿਰ ਮੈਂ ਵੀ ਗਾਉਣ ਲੱਗ ਪਿਆ ਸਟੱਡੀ ਕੰਪਲੀਟ ਕਰਕੇ, ਫਿਰ ਪਾਪੂਲਰ ਮੈਂ ਵੀ ਹੋ ਗਿਆ, ਫਿਰ ਨੇੜਤਾ ਹੋ ਗਈ, ਫਿਰ ਬਹੁਤ ਯਾਦਾਂ ਨੇ, ਕੀ ਦੱਸੀਏ ਤੁਹਾਨੂੰ। ਉਹ ਬੰਦਾ ਇੱਕ ਐਸਾ ਸੀ ਜਿਹਨੂੰ ਕਹਿਣਾ ਚਾਹੀਦਾ ਖੁਸ਼ਬੂਦਾਰ ਪਰਸਨੈਲਿਟੀ, ਜਿੱਥੇ ਵਹਿੰਦਾ ਸੀ ਖੁਸ਼ਬੂਆਂ ਛੱਡ ਜਾਂਦਾ ਸੀ, ਅਤੇ ਜਿਹਦੇ ਨਾਲ ਮਿਲਦਾ ਸੀ ਲੱਗਦਾ ਸੀ ਸਭ ਤੋਂ ਜ਼ਿਆਦਾ ਇਹ ਚੰਦਾ ਜੀ ਮੈਨੂੰ ਪਿਆਰ ਕਰਦੇ ਆ, ਇਹ ਬੜੀ ਵੱਡੀ ਗੱਲ ਹੁੰਦੀ ਹੈ। ਉਹਦੀ ਨੇਚਰ ਹੀ ਕਮਾਲ ਸੀ। ਲਾਈਕ ਹੁਣ ਜਦ ਅਸੀਂ ਤੁਹਾਨੂੰ ਦੇਖਿਆ ਪੋਲੀਟੀਕਲ ਸਾਰੀ ਵਿਜੇ, ਕਿਉਂਕਿ ਨਾ ਉਹ ਲੜਾਈ ਲੜਨੀ ਸੌਖੀ ਨਹੀਂ ਹੁੰਦੀ ਹੈ ਨਾ, ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ। ਅਤੇ ਇਸ ਵਾਰ ਕਲਾਕਾਰ ਬਹੁਤ ਸੀ, ਅਸੀਂ ਸੁਣਿਆ ਕਿ ਤੁਸੀਂ ਕਰਮਜੀਤ ਜੀ ਦੇ ਨਾਲ ਵੀ ਹੁਣ ਕਹਿੰਦੇ ਨਾ ਕਿ ਉਹਨਾਂ ਨਾਲ ਵੀ ਪ੍ਰੋਜੈਕਟ ਕਰਨ ਜਾ ਰਹੇ ਹੋ, ਉਹ ਕੀ ਪਲਾਨ ਕਰ ਰਹੇ ਹੋ? ਹਾਂਜੀ, ਮੈਨੂੰ ਉਹ ਜੈਦੇਵ ਜੀ ਦਾ ਫੋਨ ਆਇਆ ਸੀ, ਕਹਿੰਦੇ ਤੁਹਾਨੂੰ ਇਕੱਠਿਆਂ ਨੂੰ ਗਵਾਉਣਾ। ਮੈਂ ਕਿਹਾ ਦੇਖੋ ਇਹ ਵੀ ਅਚੰਬੇ ਵਾਲੀ, ਔਰ ਲੋਕ ਖੁਸ਼ ਅਤੇ ਹੈਰਾਨ ਹੋਣਗੇ, ਵਰਨਾ ਸਰਪੰਚੀ ਦੇ ਇਲੈਕਸ਼ਨ ਤੋਂ ਬਾਅਦ ਪਿੰਡਾਂ 'ਚ ਦੁਸ਼ਮਣੀਆਂ ਪਾ ਲੈਂਦੇ, ਲੀਡਰ ਵੀ ਆਪਸ ਵਿੱਚ ਕਰਦੇ ਰਹਿੰਦੇ ਆ। ਲੇਕਿਨ ਸਾਡਾ ਇਲੈਕਸ਼ਨ ਦੇ ਦੌਰਾਨ ਵੀ ਬੜਾ ਪਿਆਰ ਰਿਹਾ, ਅਸੀਂ ਆਪੋ ਆਪਣੀ ਪਾਰਟੀ ਲਈ ਵਫ਼ਾਦਾਰ ਹੁੰਦੇ ਹਾਂ, ਐਗਰੈਸਿਵਲੀ ਇਲੈਕਸ਼ਨ ਲੜਦੇ ਹਾਂ, ਲੇਕਿਨ ਬੋਲਦੇ ਨਹੀਂ ਇੱਕ ਦੂਜੇ ਬਾਰੇ, ਸੋਚਦੇ ਨਹੀਂ ਭੈੜਾ। ਸੋ ਅਸੀਂ ਸ਼ਾਇਦ ਗਾਈਏ, ਇਕੱਠੇ ਹੀ ਗਾਈਏ। ਹਾਂਜੀ, ਜੈਦੇਵ ਸਾਹਿਬ ਕਹਿ ਰਹੇ ਸੀ ਪਲੈਨਿੰਗ ਕਰ ਰਿਹਾ। ਹਾਂਜੀ, ਕਰਮਜੀਤ ਜੀ ਨਾਲ ਗੱਲ ਹੋਈ ਇਲੈਕਸ਼ਨਸ ਤੋਂ ਬਾਅਦ ਤੁਹਾਡੀ ਆਪਸ ਦੇ ਵਿੱਚ? ਹਾਂਜੀ, ਹੁੰਦੀ ਰਹਿੰਦੀ। ਉਹ ਤਾਂ ਜਦੋਂ ਪਿਆਰ ਹੋਵੇ, ਨਫ਼ਰਤ ਨਾ ਹੋਵੇ, ਅਤੇ ਗਾਹੇ ਬਗਾਹੇ ਗੱਲਬਾਤ ਹੁੰਦੀ ਰਹਿਣੀ ਚਾਹੀਦੀ ਹੈ। ਇੱਕ ਵਾਰ ਜਿੱਤ ਵੀ ਹਾਸਿਲ ਕੀਤੀ ਹੈ ਨਾ, ਆਪਣਾ ਟਰਮ ਵੀ ਪੂਰਾ ਸਰਵ ਕੀਤਾ ਤੁਸੀਂ, ਲੇਕਿਨ ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਨਾਲ ਚੀਜ਼ਾਂ ਚੱਲ ਰਹੀਆਂ ਨੇ, ਤੁਹਾਨੂੰ ਲੱਗਦਾ ਕਿ ਹੰਸਰਾਜ ਜੀ ਨੇ ਹੁਣ ਪੋਲੀਟਿਕਸ ਤੋਂ ਤੌਬਾ ਕਰ ਲਈ ਹੈ, ਜਾਂ ਫਿਰ ਅੱਗੇ ਵੀ ਅਗਰ ਮੌਕਾ ਮਿਲੇਗਾ ਤਾਂ ਤੁਸੀਂ ਵਾਪਸ ਪਾਰਟੀ ਦੀ ਸੇਵਾ? ਮੈਂ ਤਾਂ ਝੂਠ ਤੋਂ ਤੌਬਾ ਕਰਦਾ ਹੁੰਦਾ, ਜੋ ਵੀ ਮੈਂ ਕਰਦਾ ਸੱਚ ਕਰਦਾ। ਜਿੰਨੀ ਦੇਰ ਇਲੈਕਸ਼ਨ ਫਾਈਟ ਕਰਦੇ ਹਾਂ, ਜਾਂ ਉਸ ਟਾਈਮ ਇੱਦਾਂ ਹੁੰਦਾ ਜਿੱਦਾਂ ਕਿ ਹੋਰ ਕੁਛ ਨਹੀਂ, ਉਹੀ ਖਾਣਾ ਪੀਣਾ, ਓੜਨਾ ਵਿਛਾਉਣਾ ਹੋ ਜਾਂਦਾ ਮੇਰਾ। 24 ਘੰਟਿਆਂ 'ਚ ਦੋ ਦੋ ਢਾਈ ਢਾਈ ਘੰਟੇ ਸੌਣਾ, ਡੈਡੀਕੇਟਡ ਬਹੁਤ ਹੈ ਮੈਂ। ਬਾਕੀ ਸੰਗੀਤ ਦਾ ਤਾਂ ਫਿਰ ਪਹਿਲਾ ਇਸ਼ਕ ਤਾਂ ਮੇਰਾ ਸੰਗੀਤ ਹੀ ਹੈ ਨਾ। ਜੱਸੀ ਭਾਜੀ ਨੇ ਕਿਹਾ ਸੀ, ਕਹਿੰਦੇ ਕਿ ਨਾ ਅਸੀਂ ਤੁਹਾਡੀ ਇੰਨੀ ਇੱਜ਼ਤ ਕਰਦੇ ਹਾਂ, ਲਾਈਕ ਇੰਨੇ ਤੁਸੀਂ ਸੀਨੀਅਰ ਕਲਾਕਾਰ ਹੋ, ਅਤੇ ਜਦ ਤੁਸੀਂ ਉਹਦੇ 'ਚ ਜਾਂਦੇ ਹੋ, ਪੋਲੀਟਿਕਸ 'ਚ ਜਾਂਦੇ ਹੋ, ਲਾਈਕ ਲੋਕ ਉਹ ਜਿਹੜੀ ਤੁਹਾਡਾ ਅਹੁਦਾ ਉਹਨੂੰ ਭੁੱਲ ਜਾਂਦੇ ਆ ਅਕਸਰ ਕਈ ਵਾਰੀ, ਹੈ ਨਾ? ਤਾਂ ਕਹਿੰਦੇ ਨੇ ਕਿ ਜਿਹੜੇ ਕਲਾਕਾਰ ਉਹਨਾਂ ਨੂੰ ਪੋਲੀਟਿਕਸ ਤੋਂ ਤੌਬਾ ਕਰਨੀ ਚਾਹੀਦੀ ਹੈ, ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਆ? ਫਿਰ ਕਿਤੇ ਗੱਲ ਕਰਾਂਗੇ, ਮੈਂ ਫਿਰ ਕਿਤੇ ਕਰਾਂਗੇ ਗੱਲ। ਹੁਣ ਇਸ ਸਾਲ ਹੁਣ ਸਾਡੇ ਕੋਲ ਕੀ ਕੁਛ ਤੋਹਫੇ ਆ ਜਾਣਗੇ? ਇੱਕ ਤਾਂ ਸ਼ਿੰਦਾ ਜੀ ਦੀ ਯਾਦ ਦੇ ਵਿੱਚ ਗੀਤ ਲੈ ਕੇ ਆ ਰਹੇ ਹੋ, ਤਾਂ ਹੁਣ ਕਿਸ ਤਰ੍ਹਾਂ ਦੇ ਹੋਰ ਜਿਹੜੇ ਤੋਹਫੇ ਆ ਸਾਨੂੰ ਦਿੱਤੇ ਜਾਣਗੇ ਤੁਹਾਡੇ ਵੱਲ? ਜਿੱਦਾਂ ਜਿੱਦਾਂ ਸਵਾਬ ਬਣਦਾ ਰਿਹਾ, ਮੈਂ ਤੁਹਾਨੂੰ ਦੱਸਿਆ ਨਾ ਕਿ ਅਵਲ ਇਸ਼ਕ ਮੇਰਾ ਜਿਹੜਾ ਪਹਿਲਾ ਇਸ਼ਕ ਆ, ਉਹ ਗਾਣੇ ਨਾਲ ਹੀ ਹੈ, ਸੰਗੀਤ ਨਾਲ ਹੀ ਹੈ। ਕਰਦੇ ਰਹਾਂਗੇ, ਹਾਜ਼ਰੀ ਲਵਾਉਂਦੇ ਰਹਾਂਗੇ। ਇਸ ਸਾਲ ਬਹੁਤ ਸਾਰੇ ਤੋਹਫੇ ਮਿਲ ਜਾਣਗੇ, ਪਤਾ ਨਹੀਂ ਕੁਛ ਵਕਤ ਦਾ, ਲੇਕਿਨ ਗਾਉਂਦੇ ਗੁੰਦੇ ਰਹਿਣਾ ਚਾਹੀਦਾ, ਕਿਉਂਕਿ ਮੈਂ ਤਾਂ ਵੈਸੇ ਕੰਪੇਨ ਦੇ ਦੌਰਾਨ ਵੀ ਜਦੋਂ ਸਟੇਜ 'ਤੇ ਜਾਣ ਤੋਂ ਪਹਿਲਾਂ ਰਸਤੇ 'ਚ ਰਾਗ ਹੀ ਸੁਣ ਰਿਹਾ ਹੁੰਦਾ ਸੀ, ਜਾਂ ਗਾ ਰਿਹਾ ਹੁੰਦਾ ਸੀ ਜਾਂ ਸੁਣ ਰਿਹਾ ਹੁੰਦਾ ਸੀ। 24 ਘੰਟੇ ਮੈਂ ਪੋਲੀਟੀਸ਼ੀਅਨ ਨਹੀਂ ਬਣ ਸਕਦਾ। ਤੁਹਾਡੇ ਬੇਟਿਆਂ ਨਾਲ ਵੀ ਜਿੰਨੇ ਵੀ ਤੁਹਾਡੇ ਗੀਤ ਆਏ ਨੇ, ਜਿੰਨੀ ਵੀ ਜੁਗਲਬੰਦੀਆਂ ਆਈਆਂ ਨੇ, ਉਹ ਬਾ ਕਮਾਲ ਰਹੀਆਂ ਨੇ, ਵੈਸਾ ਕੁਛ ਤੋਹਫਾ ਸਾਨੂੰ ਜਲਦੀ ਦੇ ਦਿਓਗੇ? ਮੇਰੇ ਪਿਆਰੇ ਬੇਟੇ ਨਵਰਾਜ ਜੀ ਔਰ ਯੁਵਰਾਜ ਸਾਹਿਬ, ਇਹ ਦੋਨਾਂ ਨੂੰ ਜਦੋਂ ਮੈਂ ਸੁਣਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ, ਜਦੋਂ ਇਕੱਠੇ ਗਾਉਂਦੇ ਹਾਂ
ਅਤੇ ਮੈਨੂੰ ਇੱਦਾਂ ਹੁੰਦਾ ਕਿ ਮੇਰਾ ਹੀ ਹਿੱਸਾ ਕੋਈ ਗਾਈ ਜਾ ਰਿਹਾ ਅਤੇ ਤਿੰਨ ਜਿਸਮ ਇੱਕ ਜਾਨ ਹੋ ਜਾਂਦੇ। ਮੌਕਾ ਸਾਨੂੰ ਮਿਲੂਗਾ? ਹਾਂਜੀ, ਹੁਣ ਹੋ ਸਕਦਾ ਮੇਰਾ ਪੋਤਰਾ ਵੀ ਨਾਲ ਗਾਵੇ। ਬਾਤ ਹੈ। ਅੱਛਾ, ਉਹਦੀ ਤਿਆਰੀ ਹੋ ਗਈ? ਉਹਦੇ ਨਾਲ ਤੁਹਾਡੀ ਵੀਡੀਓਜ਼ ਮੈਂ ਦੇਖ। 3.5-4 ਸਾਲ ਦੀ ਉਮਰ ਹੈ, ਹੁਣੇ ਉਹ ਗਾ ਰਿਹਾ ਅਤੇ ਦੇਖਦੇ ਹਾਂ ਮਾਲਕ। ਹਾਂਜੀ, ਰਿਆਜ਼ ਕਰਦਾ ਉਹ, ਬਹੁਤ ਪਿਆਰਾ ਬੱਚਾ। ਟ੍ਰਿਪਲ ਨਹੀਂ, ਹੁਣ 4 ਬੰਦੇ ਇਕੱਠੇ ਗਾਣਗੇ। ਹਾਂ, ਮੇ ਬੀ ਮਾਲਕ ਨੇ ਚਾਹਿਆ ਤਾਂ। ਹੋਰ ਵੀ ਹੈ ਸਾਡੇ ਘਰ 2 ਗਵੱਈਏ, ਮੇਰੇ ਬੇਟੇ ਹੀ ਹੈ, ਉਹ ਵੀ ਸਮਝੋ ਭਤੀਜੇ ਹੈ, ਪਰ ਮੇਰੇ ਬੇਟੇ ਵੀ ਉਹਨਾਂ ਨੂੰ ਬੇਟਾ ਸਮਝਦੇ। ਮੇਰੇ ਸਭ ਦੇ ਲਾਡਲੇ ਗੁਰੂਵਰ ਸਿੰਘ ਔਰ ਮਿਸਟਰ ਗੁਰਿੰਦਰ ਸਿੰਘ ਗੈਰੀ, ਸਾਰਾ ਹੁਣ ਆਰਟਿਸਟਾਂ ਦਾ ਆ। ਪਹਿਲਾਂ ਮੈਂ ਆਪਣੇ ਟੱਬਰ 'ਚ ਪਹਿਲਾ ਬੰਦਾ ਸੀ, ਹੁਣ ਸਾਡੇ ਸਾਰੇ ਜੀ ਸੰਗੀਤ ਦਾ ਸ਼ੌਕ ਰੱਖਦੇ। ਅਜੀਤ ਜੀ ਵੀ ਲਿਖਦੇ ਨੇ, ਮੈਂ ਅਸੀਂ ਰੀਸੈਂਟਲੀ ਫਲਾਈਟ 'ਚ ਮਿਲੇ ਸੀ ਅਤੇ ਉੱਥੇ ਵੀ ਲਿਖ ਰਹੇ ਸੀ, ਕਹਿੰਦੇ ਮੈਂ ਵੀ ਉਹ ਵੀ ਲਿਖਣ ਦਾ ਸ਼ੌਕ। ਅਜੀਤ ਬੇਟੀ ਜੋ ਨਵਰਾਜ ਦੇ ਘਰੋਂ ਆ, ਮੇਰੀ ਧੀ ਆ, ਨੌਂ ਘੱਟ ਧੀ ਜ਼ਿਆਦਾ, ਉਹ ਲਿਖਦੀ ਹੈ ਬਹੁਤ ਅੱਛਾ, ਉਹ ਤਾਂ ਥਿੰਕਰ ਆ। ਮਾਨਸੀ ਬੇਟੀ ਕਿੱਡੀ ਅੱਛੀ ਐਕਟਰੈਸ ਆ, ਅਤੇ ਮੇਰੀਆਂ ਦੋਨੇ ਧੀਆਂ ਬੜੀਆਂ ਲਾਇਕ ਆ ਔਰ ਸ਼ੁਕਰ ਆ। ਹਾਂਜੀ, ਅਸੀਂ ਸਾਡੇ ਉਹ ਕੁੜੀਆਂ ਸਾਡੀਆਂ ਸਟੇਜ 'ਤੇ ਨਹੀਂ ਗਾਉਂਦੀਆਂ, ਲੇਕਿਨ ਘਰ ਜਦੋਂ ਬੈਠੇ ਨਾ ਆਪਸ ਵਿੱਚ। ਅਸੀਂ ਉਮੀਦ ਕਰਾਂਗੇ ਕਿ ਤੁਹਾਡੇ ਪਰਿਵਾਰ ਵੱਲੋਂ ਐਂਟਰਟੇਨਮੈਂਟ ਇਸੇ ਤਰ੍ਹਾਂ ਮਿਲਦਾ ਰਹੇ। ਬਹੁਤ ਬਹੁਤ ਧੰਨਵਾਦ। ਬੜੀ ਮਿਹਰਬਾਨੀ ਜਨਾਬ, ਬੜੀ ਮਿਹਰਬਾਨੀ। ਫਿਲਹਾਲ ਇਹ ਸੀ ਜੀ ਹੰਸਰਾਜ ਹੰਸ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟਿਆਂ ਦੇ ਨਾਲ ਤਾਂ ਉਹ ਗਾਉਂਦੇ ਨੇ ਅਤੇ, ਲੇਕਿਨ ਹੁਣ ਹੋ ਸਕਦਾ ਹੈ ਕਿ ਉਹਨਾਂ ਦਾ ਪੋਤਾ ਵੀ ਉਹਨਾਂ ਦੇ ਨਾਲ ਗਾਇਕੀ ਕਰੇ।